ਹੈਲੋ ਦੋਸਤੋ ਲਾਸਟ ਲੈਕਚਰਸ ਦੇ ਵਿੱਚ ਆਪਾਂ ਕੋਣਾਂ ਬਾਰੇ ਗੱਲ ਕੀਤੀ ਸੀ ਆਪਾਂ ਕੋਣਾਂ ਦੇ ਟਾਈਪਸ ਬਾਰੇ ਗੱਲ ਕੀਤੀ ਸੀ ਤੇ ਕੁਝ ਕੁ ਕੋਣਾਂ ਦੇ ਰਿਲੇਸ਼ਨ ਦੀ ਗੱਲ ਕੀਤੀ ਸੀ ਇੱਕ ਤਾਂ ਆਪਾਂ ਰੇਖੀ ਜੋੜਾ ਦੀ ਗੱਲ ਕੀਤੀ ਸੀ ਲੀਨੀਅਰ ਪੇਅਰ ਕਿਸੇ ਰੇਖੀ ਜੋੜਾ ਇੱਕ ਸਿੱਧੀ ਰੇਖਾ ਤੇ ਸਰਲ ਰੇਖਾ ਤੇ ਲਾਗਵੇਂ ਕੋਣ ਦੋ ਲਾਗਵੇਂ ਕੋਣ ਦਾ ਜਿਹੜਾ ਜੋੜਾ ਹੈ ਉਹ ਰੇਖੀ ਜੋੜਾ ਹੁੰਦਾ ਹੈ ਤੇ ਖਾਸियत ਇਹਨਾਂ ਦੋਹਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਹੁੰਦਾ ਹੈ 180 ਡਿਗਰੀ ਅਗਰ ਇੱਕ ਕੋਣ ਦਾ ਆਪਾਂ ਨੂੰ ਪਤਾ ਹੈ ਤਾਂ ਦੂਸਰਾ ਆਪਾਂ 180 ਚੋਂ ਘਟਾ ਕਰਕੇ ਆਸਾਨੀ ਦੇ ਨਾਲ ਆਪਾਂ ਹੱਲ ਕਰ ਸਕਦੇ ਸਹੀ ਦੂਸਰੀ ਆਪਾਂ ਜਿਹੜੀ ਗੱਲ ਕੀਤੀ ਸੀ ਸਿਖਰ ਸੰਮੁਖ ਕੋਣ ਵਰਟੀਕਲੀ ਓਪੋਜ਼ਿਟ ਐਂਗਲਜ਼ ਦੀ ਗੱਲ ਕੀਤੀ ਸੀ ਇਹਦੀ ਖਾਸੀਅਤ ਕੀ ਸੀ ਅਗਰ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਤਾਂ ਦੇਖੋ ਇੱਥੇ ਚਾਰ ਕੋਣ ਬਣ ਰਹੇ ਐ A B C ਅਤੇ D ਚਾਰ ਕੋਣ ਬਣ ਰਹੇ ਐ ਤਾਂ ਜਿਹੜੇ ਕੋਣ ਲਾਗਵੇਂ ਨਹੀਂ ਹੁੰਦੇ ਲਾਗਵੇਂ ਨਾ ਹੋਣ ਉਹ ਸਿਖਰਸਨਮੁਖ ਹੁੰਦੇ ਐ ਹੁਣ a ਦਾ b ਵੀ ਲਾਗਵੇਂ d ਵੀ ਲਾਗਣਾ ਲਾਗਵੇਂ ਤਾਂ a ਤੇ c ਉਧਰੋਂ b ਤੇ d ਤੇ ਇਹਦੀ ਖਾਸੀਅਤ ਆਪਾਂ ਥਿਉਰਮ ਕਰ ਚੁੱਕੇ ਆ ਇਹ ਦੋਨੇ ਆਪਸ ਚ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ ਤਾਂ ਜਦੋਂ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਤਾਂ ਜਿਹੜੇ ਸਿਖਰ ਸੰਮੁਖ ਕੋਣ ਹੈ ਉਹ ਆਪਸ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ ਆ ਦੋ ਬੜੇ ਇੰਪੋਰਟੈਂਟ ਰਿਜ਼ਲਟ ਆਪਾਂ ਕੀਤੇ ਹੈ ਤੇ ਹੁਣ ਆਪਾਂ ਜੋ ਵੀ ਐਕਸਰਸਾਈਜ਼ ਇਹਦੇ ਨਾਲ ਸੰਬੰਧਿਤ ਉਹਨਾਂ ਕੁਸ਼ਨਾਂ ਤੇ ਗੱਲ ਕਰਦੇ ਹਾਂ ਕਿ ਕੁਸ਼ਨਾਂ ਨੂੰ ਆਪਾਂ ਕਿਵੇਂ ਡੀਲ ਕਰਨਾ ਹੈ ਪਹਿਲੇ ਉਦਾਹਰਣ ਵੈਰੀ ਫਰਸਟ ਐਗਜ਼ਾਮਪਲ ਰੇਖਾਮਾ PQ ਅਤੇ RS ਆਪਸ ਵਿੱਚ ਬਿੰਦੂ O ਤੇ ਕੱਟਦੀਆਂ ਹਨ ਦੋ ਰੇਖਾਵਾਂ ਨੇ ਆਪਾਂ ਨੂੰ ਸ਼ਕਲ ਦਿੱਤੀ ਹੋਈ ਹੈ ਪੀਕਿਊ ਅਤੇ ਆਰਐਸ ਆਪਸ ਵਿੱਚ ਬਿੰਦੂ ਓ ਤੇ ਕੱਟਦੀਆਂ ਹਨ ਜੇਕਰ ਕੋਣ ਪੀਓ ਆਰ ਅਨੁਪਾਤ ਆਰਓਕਿਊ ਬਰਾਬਰ 5 ਅਨੁਪਾਤ ਸੱਤ ਹੋਵੇ ਤਾਂ ਸਾਰੇ ਕੋਣਾਂ ਦਾ ਮੁੱਲ ਪਤਾ ਕਰੋ ਸਾਰੇ ਕੋਣਾਂ ਦਾ ਮੁੱਲ ਪਤਾ ਕਰੋ ਆਪਾਂ ਨੂੰ ਆਹ ਕੁਸ਼ਚਨ ਦਿੱਤਾ ਹੋਇਆ ਇੱਕ ਉਦਾਹਰਨ ਆਪਾਂ ਦਿੱਤੀ ਹੋਈ ਹੈ ਦੋ ਰੇਖਾਵਾਂ ਆਪਸ ਦੇ ਵਿੱਚ ਕੱਟ ਰਹੀਆਂ ਨੇ ਤੇ ਸਭ ਤੋਂ ਪਹਿਲੀ ਗੱਲ ਦੇਖੋ ਕਿਹੜਾ ਕਿਹੜਾ ਕੋਣ ਦਿੱਤਾ ਹੈ ਪੀਓਆਰ ਪੀਓ आर आ कौन देता है दूसरा आर ओ क्यू आर ओ क्यू आ कौन देता है ਤੇ ਖਾਸियत ਕੀ ਹੈ ਇਹ 5 ਅਨੁਪਾਤ 7 ਨੇ ਤੇ ਆਪਾਂ ਨੂੰ ਪਤਾ ਜਦੋਂ ਕੋਣ ਅਨੁਪਾਤ ਹੁੰਦੇ ਨੇ ਉਹਨੂੰ ਆਪਾਂ ਅਨੁਪਾਤਾਂ ਤੋਂ ਬਾਹਰ ਕੱਢਦੇ ਆ ਤਾਂ ਆਪਾਂ ਇੱਕ ਅਲਫਾਬੈਟ ਦੇ ਨਾਲ ਗੁਣਾ ਕਰਦੇ ਆ ਮੰਨ ਲਓ ਕੋਣ ਪੀ او ਆਰ 5 ਅਨੁਪਾਤ ਦਾ ਮਤਲਬ 5x ਅਤੇ R O Q 7x ਤਾਂ ਇਹਦਾ ਮਤਲਬ P O R 5x ਹੋ ਗਿਆ R O Q 7x ਹੋ ਗਿਆ ਇਹ ਜੋ ਕੁਸ਼ਚਨ ਹੁਣ ਦੋ ਤਰੀਕੇ ਨਾਲ ਹੱਲ ਹੁੰਦਾ ਮੈਂ ਦੋਨੇ ਤਰੀਕੇ ਹੱਲ ਕਰਦੇ ਆਂ ਅਗਰ ਇੱਧਰ ਦੇਖਾਂ ਮੈਂ ਧਿਆਨ ਨਾਲ ਦੇਖੋ P ਕਿਉ ਯਾ P O ਕਿਉ ਇੱਕ ਸਿੱਧੀ ਰੇਖਾ ਹੈ ਹੈਨਾ ਅਗਰ ਸਿੱਧੀ ਰੇਖਾ ਹੈ ਤਾਂ ਉਹਦੇ ਉੱਤੇ ਇਹ ਦੋਨੇ ਕੋਣਾਂ ਦਾ ਜੋੜ 180 ਹੋ ਗਿਆ ਕਿਸਦੇ ਅਧਿਨ ਰੇਖੀ ਜੋੜ ਦੇ ਅਧਿਨ ਰੇਖੀ ਜੋੜਾ ਬਣ ਗਿਆ ਨਾ तब पी क्यू या पीओ क्यू एक सरल या सीधी रेखा है इसलिए कौन पी ओ आर प्लस कौन आर ओ क्यू बराबर एक सौ अस्सी डिग्री कारण क्योंकि सीधी रेखा के उपर दो लागमे कोण है तो बन गया रेखी जोड़ा आ पांच एक्स a 7x ਕਿਦੇ ਬਰਾਬਰ ਹੋ ਗਿਆ 180 5 ਤੇ 7 12x ਬਰਾਬਰ 180 ਤਾਂ x ਕਿਦੇ ਬਰਾਬਰ ਆ ਗਿਆ 180° 12 ਇਹਨੂੰ ਆਪਸ ਕੱਟੋਗੇ 15° ਆ ਗਿਆ ਤਾਂ ਹੱਲ ਕੀਤਾ x ਆਪਣੇ ਕੋਲ ਕਿੰਨਾ ਆ ਗਿਆ 15° ਕੋਣ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਦੂਜਾ ਤਰੀਕਾ ਜਾਂ ਅਗਰ ਆ ਪੰਜ ਹੈ ਤਾਂ ਆ ਵੀ ਕਿੰਨਾ ਹੋ ਗਿਆ 5 ਜਾਂ 5x ਹੋ ਗਿਆ ਕਿਉਂ ਕਿ ਇਹ ਦੋਨੇ ਕੀ ਨੇ ਸਿਖਰ ਸੰਮੁਖ ਕੋਣ ਆ 7x ਹੈ ਤਾਂ ਆ ਵੀ ਕੀ ਹੋ ਗਿਆ 7x ਕਿਉਂਕਿ ਇਹ ਕੀ ਨੇ ਸਿਖਰ ਸੰਮੁਖ ਕੋਣ ਤੇ ਆਪਾਂ ਨੂੰ ਪਤਾ ਸਿਖਰ ਸੰਮੁਖ ਕੋਣ ਕੀ ਹੁੰਦੇ ਨੇ ਬਰਾਬਰ ਹੁਣ ਚਾਰਾਂ ਦਾ ਜੋੜ ਇਹ ਦੇਖੋ ਇੱਕ ਧਿਆਨ ਨਾਲ ਚੱਕਰ ਬਣ ਰਿਹਾ ਪੂਰਾ ਪੂਰਨ ਕੋਣ ਬਣ ਰਿਹਾ ਹੈ ਤਾਂ ਚਾਰਾਂ ਦਾ ਜੋੜ ਕਿਹਦੇ ਬਰਾਬਰ ਹੋ ਗਿਆ 360 ਡਿਗਰੀ ਕਿਉਂਕਿ ਕਿ ਪੂਰਨ ਕੋਣ ਬਣ ਰਿਹਾ ਹੈ 5 ਤੇ 7 12 12 ਤੇ 5 17 17 ਤੇ 7 24x 24x ਕਿਹਦੇ ਬਰਾਬਰ ਆ ਗਿਆ 360 ਡਿਗਰੀ ਤੇ x ਆ ਗਿਆ 360 ਵਟਾ 24 ਦੇਖੋ ਕੋਈ ਫਰਕ ਨਹੀਂ ਪੈਂਦਾ ਚਾਹੇ ਤੁਸੀਂ ਦੋ ਕੋਣ ਲੈ ਕੇ ਰੇਖੀ ਜੋੜਾ ਬਣਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਚਾਹੇ ਤੁਸੀਂ ਚਾਰੇ ਕੋਣ ਕਮਾ ਕੇ ਪੂਰਨ ਕੋਣ 360 ਦਾ ਬਣਾ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤਾਂ x 15 ਆ ਗਿਆ ਹੁਣ ਆਪਾਂ ਨੇ ਕੀ ਕਰਨਾ ਹੈ ਪਤਾ ਸਾਰੇ ਕੋਨਾਂ ਦਾ ਮੁੱਲ ਪਤਾ ਕਰਨਾ ਹੈ ਸਾਰੇ ਕੋਣ ਕਿਹੜੇ ਕਿਹੜੇ ਹੋਗੇ 1 2 3 4 ਪਹਿਲਾਂ P O R ਹੁਣ ਦੇਖੋ ਆਪਾਂ ਨੂੰ ਪਤਾ ਹੈ P O R ਅਤੇ Q O S ਆਪਸ ਵਿੱਚ ਬਰਾਬਰ ਨੇ ਸਿਖਰ ਸੰਮੁਖ ਕਰਕੇ 5x ਤੇ x ਹੈਗਾ 15 15 ਦੀ 5 ਨਾਲ ਗੁਣਾ ਕਿਤੇ 75 ਤਾਂ ਇਹਦਾ ਮਤਲਬ ਆਹਾ ਦੋਨੇ ਕੋਣ ਕਿੰਨੇ ਦੇ ਆ ਗਏ 75 ਦੇ ਕੋਣ R O Q P O S 7x 7 15 105 ਡਿਗਰੀ ਤਾਂ ਇਹ ਆਪਣਾ ਕੁਐਸਚਨ ਆ ਗਿਆ ਚਾਹੇ ਤੁਸੀਂ ਉਹਨੂੰ ਰੇਖੀ ਜੋੜੇ ਨਾਲ ਹੱਲ ਕਰ ਲੋ ਚਾਹੇ ਤੁਸੀਂ ਉਸ ਨੂੰ ਪੂਰਨ ਕੋਣ ਦੇ ਨਾਲ ਹੱਲ ਕਰ ਲੋ ਤਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕੁਐਸਚਨ ਨੂੰ ਹੱਲ ਕਰ ਸਕਦੇ ਠੀਕ ਅਗਲੀ ਐਗਜ਼ਾਮਪਲ ਕੰਮ ਉਹੀ ਆ ਰੇਖੀ ਜੋੜਾ ਯਾਰ ਸਿਖਰ ਸੰਮੁਖ ਤੁਸੀਂ ਉਹਨੂੰ ਕਿਵੇਂ ਹੱਲ ਕਰਦੇ ਹੋ ਇਹ ਤੁਹਾਡੇ ਤੇ ਹੈ ਇੱਕ ਕੁਐਸਚਨ ਲੈ ਕੇ ਚੱਲਦਾ ਮੈਂ ਆਪਣੀ ਇਕਾਈ ਦੇ ਵਿੱਚ ਹੈ ਕੁਐਸਚਨ ਕੀ ਕਹਿ ਰਿਹਾ ਹੈ ਚਿੱਤਰ ਵਿੱਚ ਇੱਕ ਸ਼ਕਲ ਦਿੱਤੀ ਹੋਈ ਆਪਾਂ ਨੂੰ ਠੀਕ ਜਿਹਦੇ ਵਿੱਚ ਇੱਕ ਰੇਖਾ ਦੇ ਉੱਪਰ ਕੀ ਹੈ ਤਿਕੋਣ ਹੈ ਪੀ ਕਿਊ ਆਰ ਐਸ ਟੀ ਆਪਾਂ ਨੂੰ ਆ ਨਾਮ ਦਿੱਤੇ ਹੋਏ ਨੇ ਕਹਿੰਦੇ ਚਿੱਤਰ ਵਿੱਚ ਜੇਕਰ ਕੋਣ ਪੀ ਕਿਊ ਆਰ ਬਰਾਬਰ ਕੋਣ ਪੀ ਆਰ ਕਿਊ ਹੈ ਤਾਂ ਸਿੱਧ ਕਰੋ की सिद्ध करना है कौन पी क्यू एस बराबर है कौन पी आर टी सब तो पहला कितने की, की चीज का पता होना जरूरी है पी क्यू आर पी क्यू आर आ कौन बराबर है पी आर क्यू आ कौन आ बराबर ने दोनों जो आप दे रखे हैं जो सिद्ध करना है पी क्यू एस आह उ मैं हरा रंग भर रहा ਪੀ ਆਰਟੀ ਤਾਂ ਜਿੱਥੇ ਲਾਲ ਰੰਗ ਹੈ ਅੰਦਰਲੇ ਉਹ ਤਾਂ ਆਪਾਂ ਨੂੰ ਦਿੱਤੇ ਹੋਏ ਨੇ ਤੇ ਜਿੱਥੇ ਹਰਾ ਰੰਗ ਹੈ ਉਹ ਆਪਾਂ ਕੀ ਕਰਨਾ ਹੈ ਸਿੱਧ ਕਰਨਾ ਹੈ ਹੈਨਾ ਤੈਨੂੰ ਕਿਵੇਂ ਹੱਲ ਕਰਾਂਗੇ ਦੇਖੋ ਆ ਦੋਨੇ ਬਰਾਬਰ ਨੇ ਜੋ ਆਪਾਂ ਸਿੱਧ ਕਰਨਾ ਹੈ ਉਹਦਾ ਖੱਬਾ ਪਾਸਾ ਜਿਓਮੈਟਰੀ ਦੇ ਵਿੱਚ ਖਾਸियत ਹੁੰਦੀ ਆ ਤੁਸੀਂ ਕੁਐਸਚਨ ਨੂੰ ਕਿਸੇ ਵੀ ਤਰੀਕੇ ਨਾਲ ਹੱਲ ਕਰੋ ਆਨਸਰ ਤੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਚਾਹੇ ਡਾਇਰੈਕਟ ਇੱਥੋਂ ਸਟਾਰਟ ਕਰਦੋ ਕੁਐਸਚਨ ਕੋਈ ਆਪਰੇਸ਼ਨ ਲਗਾਉਣੇ ਲਗਾ ਸਕਦੇ ਹੋ ਤੁਸੀਂ ਚਾਹੇ ਜੋ ਸਿੱਧ ਕਰਨਾ ਹੈ ਉਹਦਾ ਖੱਬਾ ਪਾਸਾ ਲੈ ਜਾ ਕੇ ਸੱਜੇ ਪਾਸੇ ਤੇ ਵੀ ਲੈ ਜਾ ਸਕਦੇ ਹੋ ਤਾਂ ਉਹਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਖੱਬਾ ਪਾਸਾ ਉਹ ਮੈਂ ਦੱਸਦਾ ਆਪਾਂ ਦੋਨੇ ਤਰੀਕੇ ਨਾਲ ਦੱਸਾਂਗੇ ਪਹਿਲਾਂ ਮੈਂ ਖੱਬੇ ਪਾਸਾ ਨਾਲ ਹੱਲ ਕਰ ਰਿਹਾ ਪੀ ਕਯੂ ਐਸ ਕਿੱਥੇ ਆ ਆਪਣੇ ਕੋਲੇ ਪੀ ਕਯੂ ਐਸ ਆ ਰਿਹਾ ਹੁਣ ਇਹ ਦਾ ਤੇ ਇਹ ਦਾ ਆਪਸ ਵਿੱਚ ਕੀ ਸਬੰਧ ਹੈ ਦੇਖੋ ਧਿਆਨ ਨਾਲ ਆ ਇੱਕ ਸਿੱਧੀ ਰੇਖਾ ਹੈ ਇੰਨਾ ਦੋਹਾਂ ਦਾ ਜੋੜ ਕਿੰਨਾ ਹੋ ਗਿਆ 180 ਹੋ ਗਿਆ ਆਪਾਂ ਇਹ ਗੱਲ ਕੀਤੀ ਹੋਈ ਹੈ ਨਾ ਦੇਖੋ ਅਗਰ ਆਪਾਂ ਨੂੰ ਮੰਨ ਲਓ ਆ ਕੋਣ ਦਿੱਤਾ ਹੁੰਦਾ ਕੁਝ ਵੀ ਹੁੰਦਾ 60 ਤਾਂ ਆ ਕੋਣ ਨੂੰ ਆਪਾਂ 180 ਦੇ ਵਿੱਚੋਂ ਘਟਾ ਲੰਦੇ ਸਿੱਧੇ ਆਪਾਂ ਗੱਲ ਕੀਤੀ ਸੀ ਸੇਮ ਇੱਥੇ ਹੈ ਆ ਦੋਨੇ ਰੇਖੇ ਜੋੜੇ ਆਪਾਂ ਨੂੰ ਆ ਕੋਣ ਚਾਹੀਦਾ ਤਾਂ ਆ ਕੋਣ ਕੀ ਆ ਗਿਆ 180 ਦੇ ਵਿੱਚੋਂ ਇਸ ਕੋਣ ਨੂੰ ਆਪਾਂ ਕੀ ਕਰਤਾ ਘਟਾਤਾ ਇਹੀ ਕੀਤਾ ਦੇਖੋ ਧਿਆਨ ਨਾਲ ਆ ਕੋਣ 180 ਦੇ ਵਿੱਚੋਂ ਆਹ ਕੌਣ ਘਟਾਇਆ PQ S ਚਾਹੀਦਾ ਸੀ ਤੇ PQ S ਕਿਹਦੇ ਬਰਾਬਰ ਹੋਗਾ 180 ਚੋਂ ਆਹ ਘਟਾ ਕੇ ਪਰੰਤੂ ਆਹ ਪਾਉ ਨੂੰ ਦੇ ਰੱਖਿਆ ਹੈ ਕੋਣ PQR ਬਰਾਬਰ ਹੈ PRQ ਤਾਂ 180 PRQ ਹੁਣ PRQ ਕਿੱਧਰ ਰਿਹਾ ਆ ਰਿਹਾ ਆ ਰਿਹਾ ਤੇ ਜਦੋਂ 180 ਚ ਘਟਾ ਦਾਂਗੇ ਕਿਹੜਾ ਬਨਜੂ ਇਧਰਲਾ ਬਨਜੂਗਾ ਰੇਖੀ ਜੋੜਾ ਇਹ ਕਿਹਦੇ ਬਰਾਬਰ ਆ ਗਿਆ ਕੌਨ ਪੀ ਆਰਟੀ ਆ ਗਿਆ ਤਾਂ ਖੱਬਾ ਪਾਸਾ ਕਿਹਦੇ ਬਰਾਬਰ ਆ ਗਿਆ ਸੱਜੇ ਪਾਸੇ ਦੇ ਯਾ ਤਾਂ ਤੁਸੀਂ ਇਹਨੂੰ ਐ ਹੱਲ ਕਰ ਦੋ ਦੂਸਰਾ ਤਰੀਕਾ ਦੇਖੋ ਕੁਐਸਚਨ ਬਿਲਕੁਲ ਛੋਟਾ ਦਾ ਹੈ ਜਾਂ ਆਪਾਂ ਨੂੰ ਕੀ ਦਿੱਤਾ ਹੋਇਆ ਕੌਨ ਪੀ ਕਿਊ ਆਰ ਬਰਾਬਰ ਹੈ ਪੀ ਆਰ ਕਿਊ ਆ ਦੋ ਕੋਣ ਆਪਾਂ ਨੂੰ ਦੇ ਰੱਖੇ ਆ ਤੇ ਜਿਹੜੇ ਆਪਾਂ ਨੂੰ ਚਾਹੀਦੇ ਨੇ ਉਹ ਦੋਹਾਂ ਦੇ ਕੀ ਨੇ ਰੇਖੀ ਜੋੜੇ ਨੇ ਹੈਨਾ 180 ਡਿਗਰੀ ਵਿੱਚੋਂ ਘਟਾਉਣ ਤੇ ਤਾਂ ਦੋਹਾਂ ਕੋਣਾਂ ਨੂੰ ਆਪਾਂ ਕੀ ਕੀਤਾ 180 ਦੇ ਵਿੱਚੋਂ ਘਟਾਤਾ 180 ਮਾਈਨਸ ਪੀ ਕਿਊ ਆਰ 180 ਮਾਈਨਸ ਪੀ ਆਰ ਕਿਊ ਹੁਣ 180 ਚੋਂ ਜਦੋਂ ਆਹ ਕੋਣ ਘਟਾਇਆ ਆਹ ਬਚ ਗਿਆ 180 ਚੋ ਆ ਘਟਾਇਆ ਤਾਂ ਆ ਬਚ ਗਿਆ ਤੋਂ ਡਾਇਰੈਕਟ ਆ ਗਿਆ ਤਾਂ ਦੇਖੋ ਕੀ ਫਰਕ ਪਿਆ ਇੱਥੇ ਮੈਂ ਖੱਬੇ ਪਾਸੇ ਤੋਂ ਸੱਜੇ ਪਾਸੇ ਗਿਆ ਉੱਥੇ ਆਪਾਂ ਕੀ ਕੀਤਾ ਜੋ ਦਿੱਤਾ ਹੋਇਆ ਉਹਨੂੰ ਸਾਰੇ ਨੂੰ ਵਰਤ ਕੇ ਆਪਾਂ ਜੋ ਸਿੱਧ ਕਰਨਾ ਹੈ ਆਪਾਂ ਉੱਥੇ ਪਹੁੰਚ ਗਏ ਤਾਂ ਇਸ ਟਾਈਪ ਦੇ ਕੁਐਸਚਨਾਂ ਤੇ ਆਪਾਂ ਗੱਲ ਕਰਨੀ ਹੈ ਅਗਲੇ ਕੁਐਸਚਨ ਤੇ ਆਪਾਂ ਗੱਲ ਕਰਦੇ ਹੁਣ ਤਾਂ ਤੁਸੀਂ ਦੇਖੋ ਜਿਵੇਂ ਮਰਜ਼ੀ ਕੁਐਸਚਨ ਨੂੰ ਹੱਲ ਕਰੋ ਕੁਐਸਚਨ ਅਨਸਰ ਤੇ ਕੋਈ ਫਰਕ ਨਹੀਂ ਪੈਂਦਾ अगली एग्जाम्पल है अपने को अगला एक क्वेश्चन है चित्र रेखामा ए बी सीडी बिंदुओते कटविया जेकर कोण ए ओ सी प्लस कोण बी ओ ई बराबर 70 डिग्री होवे औरते कोण बी ओ डी बराबर 40 डिग्री है ता कोण बी ओ ई औरते रिफ्लेक्स कोण COE ਪਤਾ ਕਰੋ ਆਪਾਂ ਨੂੰ ਆ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਨਾਲ ਆਪਾਂ ਨੂੰ ਡਾਇਗਰਾਮ ਦਿੱਤੀ ਹੋਈ ਹੈ AB CD E ਦੇਖੋ ਆਪਾਂ ਨੂੰ ਸ਼ਕਲ ਦਿੱਤੀ ਹੋਈ ਹੈ ਆ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ ਠੀਕ ਹੁਣ ਦੇਖੋ ਕਹਿੰਦੇ AB ਅਤੇ CD ਦੋ ਰੇਖਾਵਾਂ ਨੇ AB ਅਤੇ CD ਬਿੰਦੂ O ਤੇ ਕੱਟਦੀਆਂ ਹਨ ਕੋਣ AOC AOC ਆ ਕੋਣ BOE BOE ਆ ਕੋਣ ਆ ਪੂਰੇ ਨਾਮ ਦੇਤੇ ਮੰਨ ਲਓ ਆ ਛੋਟੀ A ਐ ਛੋਟੀ ਵੀ ਕਿਉਂਕਿ ਅਗਰ ਪੂਰਾ ਨਾਮ ਲਿਖਣ 'ਚ ਸਮੱਸਿਆ ਆਂਦੀ ਹੈ ਨਾ ਤਾਂ ਆਪਣੇ ਆਪਾਂ ਨੇ ਇੱਕ ਨਿਊ ABC 1 2 3 4 ਦੇ ਸਕਦੇ ਆ ਤਾਂ ਕਿ ਲਿਖਣਾ ਸੌਖਾ ਹੋ ਜੇ ਬਰਾਬਰ ਹੈ 70 ਡਿਗਰੀ ਦੇਖੋ ਤਾਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਦਿੱਤਾ ਕੋਣ AOC BOE 70 AOC ਨੂੰ ਆਪਾਂ A ਲਿਆ ਤੇ BOE ਨੂੰ ਆਪਾਂ B ਲਿਆ ਤਾਂ ਪਹਿਲੀ ਲਾਈਨ ਤਾਂ ਆਪਣੀ ਇਹ ਹੋ ਗਈ ਅਤੇ BOD BOD ਆ ਰਿਹਾ ਇਹ ਹੋ ਗਿਆ 40 ਡਿਗਰੀ बीओडी ਕਿੰਨਾ ਹੋ ਗਿਆ ਆਪਣੇ ਕੋਲੇ 40 ਡਿਗਰੀ ਤਾਂ ਪਤਾ ਕੀ ਕੀ ਕਰਨਾ ਹੈ ਦੇਖੋ ਹੁਣ ਸਭ ਤੋਂ ਵੱਡੀ ਗੱਲ ਜੋ ਜੋ ਪਤਾ ਕਰਨਾ ਹੈ ਉਹਤੇ ਰੰਗ ਕਰਦੇ ਆ ਇੱਕ ਤਾਂ ਆਪਾਂ ਬੀਓਈ ਪਤਾ ਕਰਨਾ ਹੈ ਬੀਓਈ ਕਿੱਥੇ ਹੈ ਬੀਓਈ ਆਹ ਕੌਣ ਪਤਾ ਕਰਨਾ ਹੈ ਦੂਸਰਾ ਰਿਫਲੈਕਸ ਸੀਓਈ ਸੀਓਈ ਆ ਰਿਹਾ ਇਹਦਾ ਰਿਫਲੈਕਸ ਮਤਲਬ 360 ਚੋਂ ਘਟਾ ਕੇ ਆਪਾਂ ਪਤਾ ਕਰਨਾ ਹੈ ਤਾਂ ਆਪਾਂ ਦੋ ਮਾਪਾ ਨੂੰ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਕਿਹੜਾ ਕੋਣ ਦਿੱਤਾ ਹੋਇਆ ਆਪਾਂ ਨੂੰ ਆਪਾਂ ਨੂੰ 40 ਡਿਗਰੀ ਦਿੱਤਾ ਹੋਇਆ ਦੇਖੋ ਆ ਦਿੱਤਾ ਹੋਇਆ ਹੁਣ ਸ਼ਰਤ ਇਹ ਪੈ ਗਈ 40 ਆ ਰਿਹਾ ਇਹਦਾ ਸਿਖਰ ਸੰਮੁਖ ਕਿਹੜਾ ਆਹ ਦੇਖੋ ਧਿਆਨ ਨਾਲ ਮੈਂ ਡਾਇਗਰਾਮ ਨੂੰ ਅਲੱਗ-ਅਲੱਗ ਕਰ ਰਿਹਾ ਏ ਬੀ ਤੇ ਸਿਰਫ ਸੀ ਡੀ ਦੀ ਗੱਲ ਕਰ ਰਿਹਾ ਆ 40 ਹੈ ਜੇ ਆ 40 ਹੈ ਆ ਵੀ ਕਿੰਨਾ ਹੋਣਾ ਹੈ 40 ਤਾਂ ਇਹਦਾ ਮਤਲਬ ਏ ਕਿੰਨਾ ਹੋ ਗਿਆ 40 डिग्री शिखर संमुख कोण अगर ए 40 है तब बी ਕਿੰਨਾ ਹੋ ਗਿਆ 70 ਚੋਂ 40 ਘਟਾਈ ਦਿੱ ਬਿਲਕੁਲ 1 ਬਾਈ 1 ਆਪਾਂ ਕੁਐਸਚਨਾਂ ਨੂੰ ਹੱਲ ਕਰਨਾ ਸ਼ੁਰੂ ਕਰਾਂਗੇ ਪਹਿਲਾਂ ਜੋ ਮਾਪ ਦਿੱਤਾ ਹੋਇਆ ਹੈ ਇਹ ਦੇਖੋ ਉਹਦਾ ਕਿਸੇ ਦਿੱਤੇ ਹੋਏ ਮਾਪ ਨਾਲ ਕੋਈ ਰਿਲੇਸ਼ਨ ਹੈ ਜਾਂ ਨਹੀਂ ਇਹਦਾ ਰਿਲੇਸ਼ਨ ਇਹਦੇ ਨਾਲ ਹੈ ए 40 ਹੋ ਗਿਆ ਹੁਣ ਇੰਨਾ ਦੋਹਾਂ ਦਾ ਜੋੜ 70 ਹੈ ਅਗਰ a 40 ਹੈ ਤਾਂ b ਕਿੰਨਾ ਹੋ ਗਿਆ 70 ਚੋਂ 40 ਘਟਾ ਗਿੱਤੇ 30 ਹੋ ਗਿਆ ਤਾਂ ਜਿਹੜਾ b ਆ ਗਿਆ 30 ਡਿਗਰੀ ਆਮ ਆਪ ਆਪਣੇ ਕੋਲੇ ਆ ਚੁੱਕੇ ਆਮ ਆਪ ਆਪਣੇ ਕੋਲੇ ਆ ਚੁੱਕੇ ਕੀ ਕੀ ਕੱਟਣਾ ਹੈ ਕੋਣ b b ਹੋਈ ਹੋ ਗਿਆ ਜੀ ਪਹਿਲਾ ਕੰਮ ਆਪਣਾ ਨਿਪਟ ਗਿਆ ਆਪਣਾ ਹੋ ਗਿਆ ਦੇਖੋ ਹੁਣ ਆਪਾਂ ਪਤਾ ਕਰਨਾ ਹੈ ਰਿਫਲੈਕਸ ਕੌਨ ਸੀਓਈ ਤਾਂ ਇੱਥੇ ਜਿਹੜੀ ਇੰਪੋਰਟੈਂਟ ਚੀਜ਼ ਹੈ ਤੁਸੀਂ ਦੋਨੋਂ ਵੇ ਨਾਲ ਹੱਲ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਪਹਿਲਾ ਤਰੀਕਾ ਕੀ ਹੈ ਕੱਲਾ ਸੀਓਈ ਆਪਾਂ ਪਤਾ ਕਰ ਲੈਨੇ ਆ ਇਹ ਸੀਓਈ ਸਿੰਪਲ ਕੋਣ ਹੈ ਰਿਫਲੈਕਸ ਕੀ ਹੋ ਗਿਆ ਆਹ 360 ਚੋਂ ਘਟਾ ਕੇ ਜਾਂ ਤਾਂ ਇਹ ਤਰੀਕਾ ਹੈ ਹੁਣ ਕੌਨ ਸੀਓਈ ਦੇਖੋ ਧਿਆਨ ਨਾਲ ਸਿਰਫ ਉੱਪਰਲੀ ਦੇਖਾ ਕੱਲੀ ਏਬੀ ਨੂੰ ਦੇਖ ਰਿਹਾ ਏਬੀ ਦੇ ਵਿੱਚ ਕੀ ਹੈ ਆਸ ਸੀ ਆ ਰਿਹਾ 40 ਡਿਗਰੀ ਆਪਾਂ ਪਤਾ ਕਰਨਾ ਹੈ ਆ ਕਿੰਨਾ 30 ਡਿਗਰੀ ਤਾਂ ਫਿਰ ਆ ਕਿੰਨਾ ਆ ਗਿਆ ਹੁਣ ਆ ਸਿੱਧੀ ਰੇਖਾ ਹੈ ਤਿੰਨਾਂ ਦਾ ਜੋੜ ਕਿੰਨਾ ਹੋ ਗਿਆ 180 ਤਾਂ ਆ ਕੋਣ ਕੀ ਹੋਗਾ 180 ਦੇ ਵਿੱਚੋਂ ਆਪਾਂ 40 ਤੇ 30 ਘਟਾ ਦਾਂਗੇ ਹੈਨਾ 110 ਠੀਕ ਹੋ ਗਈ ਨਾ ਗੱਲ ਇਹ ਕੀ ਬਣੂਗਾ ਕੀ ਇਹ ਰੇਖੀ ਜੋੜ ਹੈ ਨਹੀਂ ਇਹ ਰੇਖੀ ਜੋੜਾ ਨਹੀਂ ਹੈਗਾ ਰੇਖੀ ਜੋੜਾ ਦੀ ਖਾਸੀਅਤ ਉੱਥੇ ਸਿਰਫ ਦੋ ਕੋਣ ਹੁੰਦੇ ਨੇ ਇੱਥੇ ਆਪਣੇ ਕੋਲੇ ਤਿੰਨ ਕੋਣ ਆ ਗਏ ਇੱਥੇ ਆਪਾਂ ਸਿੱਧਾ ਲਿਖ ਦਾਂਗੇ ਇੱਕ ਹੀ ਰੇਖਾ ਦੇ ਉੱਤੇ ਕੋਣ ਤਾਂ ਇਹ ਗੱਲ ਧਿਆਨ ਰੱਖਿਓ ਤੇ ਤਿੰਨ ਕੋਣ ਹੈ ਤਾਂ ਇਹ ਰੇਖੀ ਜੋੜਾ ਨਹੀਂ ਹੈਗਾ ਇੱਥੇ ਆਪਾਂ ਲਿਖਾਂਗੇ ਇੱਕ ਹੀ ਰੇਖਾ ਦੇ ਉੱਪਰ ਕੋਣ ਤਾਂ ਕੋਣ COI 110 ਆ ਗਿਆ ਤੇ ਰਿਫਲੈਕਸ ਕੋਣ COI ਕਿੰਨਾ ਹੋਣਾ 360 ਦੇ ਵਿੱਚੋਂ 110 ਘਟਾ ਕੇ ਕਿੰਨਾ ਆਨਸਰ ਆ ਗਿਆ 250 ਆ ਤਰੀਕਾ ਇਹਨੂੰ ਹੱਲ ਕਰਨ ਦਾ ਇੱਕ ਤਰੀਕਾ ਤਾਂ ਆ ਹੀ ਹੋ ਗਿਆ ਹੁਣ ਮੈਂ ਦੂਜੇ ਦੀ ਗੱਲ ਕਰ ਰਿਹਾ ਦੇਖੋ ਧਿਆਨ ਨਾਲ ਆ ਚਾਲੀ ਐ ਆਤੀ ਐ ਕਿਉਂਕਿ ਅਗਰ ਆ ਸੀ ਹੋਈ ਆ ਪਾ ਪਤਾ ਕਰਨਾ ਹੈ ਕਰਨਾ ਹੈ ਨਾ ਤੇ ਹੁਣ ਆ ਕੌਣ ਕੰਡਣਾ ਪੂਏ ਇੱਥੇ ਥੋੜਾ ਜਿਹਾ ਪਹਿਲਾਂ ਤੁਹਾਨੂੰ ਆ ਸਿੱਧੀ ਰੇਖਾ ਬਣ ਗਈ ਹੈ ਨਾ ਆ ਚਾਲੀ ਐ ਆ ਹੋ ਗਿਆ 180 ਚੋਂ 40 ਘਟਾਇਆ 140 ਤਾਂ ਆਹਾ +6 +6 +6 ਇਹ ਆਪਣਾ ਹੱਲ ਕਰਕੇ ਕੀ ਬਣ ਜੂਗਾ ਕੋਨ ਸੀਓਈ ਬਣ ਜੂ ਤੇ ਰਿਫਲੈਕਸ ਕੋਨ ਸੀਓਈ ਬਣ ਜੂ ਤੁਸੀਂ ਚਾਹੇ ਇਸ ਨੂੰ ਇਸ ਤਰੀਕੇ ਨਾਲ ਹੱਲ ਕਰ ਲਓ ਦੋਨੇ ਤਰੀਕੇ ਤੁਹਾਨੂੰ ਮੈਂ ਦੱਸ ਰਿਹਾ ਜੋ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਇਸ ਕੁਐਸਚਨ ਨੂੰ ਕਰ ਸਕਦੇ ਹੋ ਆਪਾਂ ਅਗਲੀ ਐਗਜ਼ਾਮਪਲ ਤੇ ਚੱਲਦੇ ਹਾਂ ਮੈਂ ਤਾਂ ਹੀ ਕੋਸ਼ਿਸ਼ ਕਰ ਰਿਹਾ ਅਲੱਗ-ਅਲੱਗ ਕਲਰ ਯੂਜ਼ ਕਰਨ ਦੀ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਕੀ ਦਿੱਤਾ ਹੋਇਆ ਹੈ ਕੀ ਆਪਾਂ ਨੇ ਪਤਾ ਕਰਨਾ ਹੈ ਅਗਲੀ ਐਗਜ਼ਾਮਪਲ रेखामा XY एम एन बिंदु ते कटदिया हैं जे कौन पीओ वाय बराबर नब्बे डिग्री a ਅਨੁਪਾਤ b 2 ਅਨੁਪਾਤ 3 ਹੈ ਤਾਂ c ਪਤਾ ਕਰੋ ਇਹ ਸਟੇਟਮੈਂਟ ਹੈ ਇਹਦੇ ਨਾਲ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ ਹੁਣ ਡਾਇਗਰਾਮ ਕੀ ਕਹਿੰਦੀ ਹੈ x y n m o ਤੇ ਕੱਟਦੇ ਨੇ p ਆ ਡਾਇਗਰਾਮ ਹੈ ਕੀ ਕੀ ਦਿੱਤਾ ਹੋਇਆ ਹੈ ਪਹਿਲਾ कोण POY 90 ਆਪਾਂ ਦਿੱਤਾ नेक्स्ट ABC ਕਿੱਥੇ ਦੇ ਰੱਖਿਆ ਹੈ A B C ਇੱਥੇ ਆਪਾਂ ਨੂੰ ਦਿੱਤੇ ਹੋਏ ਨੇ ਤਾਂ A ਅਨੁਪਾਤ B ਅਨੁਪਾਤ ਆ ਗਿਆ ਮੰਨ ਲਓ ਕੋਣ A ਅਨੁਪਾਤ ਚੋਂ ਬਾਹਰ ਕੱਢੋ 2x ਅਤੇ ਕੋਣ b ਅਨੁਪਾਤ ਚ ਬਾਹਰ ਕੱਢੋ 3x 3x ਹੈ ਨਾ c ਤੁਸੀਂ ਹੁਣ ਦੇਖੋ ਦਿੱਤਾ ਕੀ ਹੋਇਆ 90 ਇੱਕ ਆ ਦਿੱਤਾ ਇੱਕ ਆ ਦਿੱਤਾ ਆ ਸਿੱਧੀ ਰੇਖਾ ਬਣ ਗਈ xy ਤੇ ਸਿੱਧੀ ਰੇਖਾ ਦੇ ਉੱਪਰ ਤਿੰਨ ਕੋਣ ਆ ਗਏ ਆ ਗਏ ਨਾ xy ਜਾਂ xoy ਇੱਕ ਸਰਲ ਰੇਖਾ ਹੈ ਇਸ ਲਈ ਤਿੰਨਾਂ ਕੋਣਾਂ ਦਾ ਜਿਹੜਾ ਜੋੜ ਹੋ ਗਿਆ ਕਿਉਂਕਿ ਉੱਪਰਲੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੋ ਗਿਆ 180 ਕਿਉਂ ਹੋ ਗਿਆ ਕਿਉਂਕਿ ਤਿੰਨੋਂ ਇੱਕੋ ਰੇਖਾ ਤੇ ਨੇ ਤੇ ਰੇਖਾ ਤੇ ਕੋਣ ਕਿੰਨੇ ਦਾ ਬੰਨਦਾ 180 ਦਾ a 2x b 3x 90 2 ਤੇ 3 5x 90 ਉਧਰ ਜਾ ਕੇ ਕਾਦਾ ਹੋ ਗਿਆ ਮਾਈਨਸ ਦਾ x 18 ਆ ਗਿਆ ਤਾਂ ਹੱਲ ਕੀਤਾ एक्स अपने को आ गया अठारह ए दो एक्स दो गुना अठारह छत्ती डिग्री बी तीन एक्स तिन्न गुना अठारह चरवंजा डिग्री हूँ ए अपने को आ गया छत्ती डिग्री आ गया चरवंजा की पता करना है सी सी कितने है आ रहा ਸਿੱਧਾ ਰਿਲੇਸ਼ਨ ਕਿਦਾਂ ਬਣ ਰਿਹਾ ਆ ਆਰਾਮ ਦੇ ਨਾਲ ਆ ਦੇਖੋ ਬੀ ਨਾਲ ਬਣ ਰਿਹਾ ਨਾ ਕਿਹੜਾ ਬਣ ਰਿਹਾ ਸਿੱਧੀ ਰੇਖਾ ਹੈ ਤੇ ਜੇ ਸਿੱਧੀ ਰੇਖਾ ਕੀ ਬਣ ਗਿਆ ਰੇਖੀ ਜੋੜਾ ਤਾਂ ਬੀ ਤੇ ਸੀ ਦਾ ਜੋ ਕਿੰਨਾ ਆ ਗਿਆ 180 ਕਿਉਂ ਕਿਉਂਕਿ ਇੱਕ ਸਿੱਧੀ ਰੇਖਾ ਬਣ ਰਹੀ ਹੈ ਰੇਖਾ ਦੇ ਉੱਤੇ ਦੋ ਲਾਗਵੇਂ ਕੋਣ ਹੈ ਬੀ ਆ ਗਿਆ 54 ਆਪਾਂ ਹੱਲ ਕਰ ਚੁੱਕੇ ਆ ਤਾਂ ਸੀ ਆ ਗਿਆ 180 54 136 ਡਿਗਰੀ ਦੇਖੋ ਕੁਸ਼ਚਨ ਨੂੰ ਕੁਝ ਨਹੀਂ ਕੀਤਾ ਜੋ ਦਿੱਤਾ ਹੋਇਆ ਹੈ ਜੀਓਮੈਟਰੀ ਦੀ ਸਭ ਤੋਂ ਵੱਡੀ ਖਾਸੀਅਤ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕੀ ਦਿੱਤਾ ਹੋਇਆ ਹੈ ਜੋ ਦਿੱਤਾ ਹੋਇਆ ਹੈ ਉਹਨੂੰ ਆਪਾਂ ਹੱਲ ਕਰ ਰਹੇ ਹਾਂ ਉਦੋਂ ਬਾਅਦ ਜੋ-ਜੋ ਚਾਹੀਦਾ ਹੈ ਆਸਾਨੀ ਦੇ ਨਾਲ ਨਿਕਲ ਜਾਊਗਾ ਪਹਿਲਾਂ ਤੁਸੀਂ ਸਿਰਫ ਇਹ ਧਿਆਨ ਨਾਲ ਦੇਖੋ ਤੁਹਾਨੂੰ ਦਿੱਤਾ ਕੀ ਹੋਇਆ ਤੇ ਡਾਇਗਰਾਮ ਦੇ ਵਿੱਚ ਉਹਦਾ ਕੀ ਰਿਲੇਸ਼ਨ ਹੈ ਅਗਲੀ ਕ ਐਗਜ਼ਾਮਪਲ ਤੇ ਚੱਲ ਰਹੇ ਆਪਾਂ ਚਿੱਤਰ ਵਿੱਚ ਪੋਕਿਊ ਅਗਲਾ ਕੁਸ਼ਚਨ ਹੈ ਇੱਕ एक रेखा है किरण ओ आर रेखा पी क्यू ते लंब है किरण ओ आर रेखा पी क्यू ते लंब है किरना और ओ, ओ आरकार किरना ओ पी ओ आर दे OS एक होर किरण है सिद्ध करो सिद्ध की करना आपन आर ओ एस बराबर एक वटे दो कौन क्य ओ एस माइनस कौन P O S ਹੁਣ ਡਾਇਗਰਾਮ ਆਪਾਂ ਨੂੰ ਕੀ ਦਿੱਤੀ ਆ ਦੇਖੋ ਧਿਆਨ ਨਾਲ Q ਇਹ ਦਿੱਤੀ ਹੋਈ ਐ O P R S ਹੁਣ ਕੀ ਦਿੱਤਾ ਹੋਇਆ P O ਕਿਹੜੀ ਰੇਖਾ ਹੈ O R ਲੰਬ ਹੈ ਆ 90 ਦਿੱਤਾ ਇਸ ਵਾਰ ਹੋਰ ਕੁਝ ਨਹੀਂ ਦਿੱਤਾ ਹੋਇਆ ਆਪਾਂ ਨੂੰ ਕਿਰਣਾ O P ਅਤੇ ओआर ਦੇ ਵਿੱਚਕਾਰ ओएस ਇੱਕ ਹੋਰ ਕਿਰਨ ਹੈ ਸਿੱਧ ਕਰਨਾ ਹੈ ਦੇਖੋ ਸਿੱਧ ਕੀ ਕੀ ਕਰਨਾ ਹੈ ਆਰਓਐਸ ਆਹ ਕੋਈ ਐਕਸ ਨਾਮ ਦੇ ਚਲੋ ਜੋ ਜੋ ਚਾਹੀਦਾ ਹੈ ਕੰਪਲੀਟ ਲਾਮ ਲਿਖਣ ਦੇ ਵਿੱਚ ਸਮੱਸਿਆ ਆਂਦੀ ਹੈ ਜੋ ਜੋ ਚਾਹੀਦਾ ਉਹਨੂੰ ਨਾਮ ਦਿਓ ਕਯੂਓਐਸ ਆਲਰੇਡੀ ਨਾ ਦੇਖੋ ਕਯੂਓਐਸ ਆਲਰੇਡੀ ਨਾਮ ਦਿੱਤੇ ਗਏ ਪੀਓਐਸ ਵਾਈ ਹੋ ਗਿਆ ਠੀਕ ਹੋ ਗਈ ਨਾ ਮੇਰੀ ਗੱਲ ਹੁਣ ਇਹਨੂੰ ਕਿਵੇਂ ਹੱਲ ਕਰੀਏ ਆਪਾਂ ਤਾਂ ਆਪਾਂ ਦੋ ਨਾਮ ਦੇਤੇ ਜਿਹੜੇ ਜਿਹੜੇ ਚਾਹੀਦੇ ਸੀ ਇੱਕ ਆ ਚਾਹੀਦਾ ਸੀ ਇਹਨੂੰ x ਦੇਤਾ ਇੱਕ ਆ ਚਾਹੀਦਾ ਸੀ ਇਹਨੂੰ ਆਪਾਂ ਕਿਹੜਾ ਨਾਮ ਦੇਤਾ y ਦੇਤਾ ਤੇ ਹੁਣ ਆਪਾਂ ਦੋ ਜੋ ਚਾਹੀਦਾ ਸਭ ਤੋਂ ਪਹਿਲਾਂ ਇੱਥੇ ਦੇਖੋ ਕੀ ਦਿੱਤਾ ਹੋਇਆ ਹੈ p o q ਇੱਕ ਸਿੱਧੀ ਰੇਖਾ ਹੁਣ ਇਸਿੱਧੀ ਰੇਖਾ ਆ ਗਈ ਤਿੰਨੇ ਕੋਣ ਆ ਗਏ ਤਾਂ ਤਿੰਨਾਂ ਦਾ ਜੋੜ 180 ਕੀ ਬਣ ਗਿਆ ਰੇਖੀ ਜੋੜਾ ਨਹੀਂ ਤਿੰਨ ਕੋਣ ਹੈ ਇੱਕ ਹੀ ਰੇਖਾ ਤੇ ਕੋਣ ਹੈ ਧਿਆਨ ਚ ਰੱਖਣਾ ਹੈ x y 90 ਉਧਰ ਜਾ ਕੇ ਕਾਦਾ ਹੋ ਗਿਆ ਮਾਈਨਸ ਦਾ ਤਾਂ ਆਪਣੇ ਕੋਲੇ ਆ ਸ਼ਰਤ ਆ ਗਈ ਆ ਗਈ ਨਾ ਹੁਣ ਜੋ ਆਪਾਂ ਸਿੱਧ ਕਰਨਾ ਹੈ ਦੇਖੋ ਧਿਆਨ ਨਾਲ ਖੱਬੇ ਪਾਸੇ ਵੀ ਹੈ ਸੱਜੇ ਪਾਸੇ ਵੀ ਹੈ ਆਪਾਂ ਨੂੰ ਪਤਾ ਹੈ ਖੱਬੇ ਪਾਸੇ ਸਿਰਫ ਇੱਕੋ ਹੀ ਕੋਣ ਹੈ ਸੱਜੇ ਪਾਸੇ ਦੋ ਕੋਣ ਹੈ ਤਾਂ ਸੱਜਾ ਪਾਸਾ ਜਲਦੀ ਹੱਲ ਹੋਊਗਾ ਵੱਡੀ ਤੋਂ ਛੋਟੀ ਚੀਜ਼ ਆਰਾਮ ਨਾਲ ਜਾ ਸਕਦੇ ਆ ਤਾਂ ਆਪਾਂ ਸੱਜਾ ਪਾਸਾ ਲੈ ਕੇ ਚੱਲ ਰਹੇ ਆ ਸੱਜਾ ਪਾਸਾ ਆ ਗਿਆ 1/2 ਕੋਣ Q O S माइनस पी ओ एस कीमत भरोस क्यू ओ एस आ सारा कौन देखो ध्यान की हो गया नब्बे प्लस एक्स हो गया ना क्यू ओ एस नब्बे प्लस एस एक्स माइनस पी ओ एस वाई हाँ जी ठीक हो गया अपने कोल की आ गया क्यू ओ एस नब्बे प्लस एक्स -POSY ਆਪਾਂ ਜੋ ਸਿੱਧ ਕਰਨਾ ਹੈ ਆਪਾਂ ROS ਸਿੱਧ ਕਰਨਾ ਹੈ ਆ ਸਿੱਧ ਕਰਨਾ ਹੈ ਇਹਦਾ ਮਤਲਬ ਆਪਾਂ ਨੂੰ ਜੋ ਆਨਸਰ ਚਾਹੀਦਾ ਹੈ ਉਹ x ਦੇ ਵਿੱਚ ਚਾਹੀਦਾ ਹੈ x ਦੇ ਵਿੱਚ ਚਾਹੀਦਾ ਹੈ ਨਾ ਤਾਂ y ਨੂੰ ਕੀ ਕਰ ਦਾਂਗੇ ਖਤਮ ਇੱਥੋਂ y ਦੀ ਕੀਮਤ ਕੱਢੋ ਇੱਥੋਂ y ਦੀ ਕੀਮਤ ਕਿੰਨੀ ਆ ਗਈ 90 -x ਦੇਖੋ ਕਿਉਂਕਿ ਆਪਾਂ ਸੱਜੇ ਪਾਸੇ ਨੂੰ ਖੱਬੇ ਪਾਸੇ ਦੇ ਬਰਾਬਰ ਕਰਨਾ ਹੈ ਤਾਂ r o s ਦੇ ਬਰਾਬਰ ਕਰਨਾ ਹੈ ਤਾਂ r o s ਦਾ ਮਾਪ ਕੀ ਲੈ ਕੇ ਚੱਲੇ ਆਪਾਂ x ਲੈ ਕੇ ਚੱਲਨੇ ਆ ਤਾਂ ਇਹਦਾ ਮਤਲਬ ਇੱਥੋਂ ਆਪਾਂ ਨੂੰ y ਖਤਮ ਕਰਨਾ ਪੈਣਾ ਹੁਣ y ਦੀ ਕੀਮਤ ਕਿੰਨੀ ਆ ਗਈ 90 x ਕੀਮਤ ਭਰੋ ਤੁਹਾਡਾ ਸਿੱਧਾ ਆਨਸਰ ਇੱਥੇ ਆ ਜਾਣਾ ਹੈ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਉਰੇ ਮਾਈਨਸ ਹੈ ਤਾਂ ਇਹਨੂੰ ਬ੍ਰੈਕਟਸ ਪਾ ਕੇ ਨਿਸ਼ਾਨਾ ਦਾ ਧਿਆਨ ਰੱਖਣਾ ਹੈ ਇਹ ਗਲਤੀ ਹੋਣੀ ਹੈ ਆ ਨਿਸ਼ਾਨ ਪਲੱਸ ਦਾ ਮਾਈਨ ਦੋਨੋਂ ਨਿਸ਼ਾਨ ਬਦਲ ਜਾਣਗੇ 90 ਦੇ ਨਾਲ 90 ਕੱਟ ਗਿਆ ਕੁਸ਼ਲ ਬਹੁਤ ਸੌਖਾ ਬਣ ਜਾਂਦਾ ਹੈ ਐਕਸ ਹੁਣ ਐਕਸ ਕੀ ਹੈ ਆਰਓਐਸ ਕਿਉਂਕਿ ਜਦੋਂ ਆਪਾਂ ਇੱਥੇ اٹਕ ਗਏ ਨਾ ਦੇਖੋ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਦਾ ਇੱਥੇ ਆਪਾਂ ਦੋ ਚੱਲ ਲੈ ਕੇ ਚੱਲਨੇ ਆ ਐਕਸ ਤੇ ਵਾਈ ਤਾਂ ਦੋ ਸਮੀਕਰਨ ਆ ਬਣਨ ਗਿਆ ਇੱਕ ਸਮੀਕਰਨ ਆ ਬਣ ਗਿਆ ਇੱਕ ਆ ਬਣ ਗਿਆ ਹੁਣ ਇਹਨੂੰ ਹੱਲ ਕਰਨਾ ਹੈ ਤਾਂ ਕਲੀਅਰ ਆਪਾਂ ਇਥੋਂ ਐਕਸ ਦੀ ਕੀਮਤ ਵੀ ਪੜ ਸਕਦੇ ਆਪਾਂ ਵਾਈ ਦੀ ਵੀ ਪੜ ਸਕਦੇ ਆ ਤਾਂ ਦੂਜੇ ਪਾਸੇ ਦੇਖੋ ਤੁਹਾਨੂੰ ਕੀ ਚਾਹੀਦਾ ਦੂਜੇ ਪਾਸੇ ਆਪਾਂ ਨੂੰ r o s ਚਾਹੀਦਾ ਹੈ ਅਸਲ ਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਹੈ x ਚਾਹੀਦਾ ਹੈ ਤਾਂ y ਦੀ ਆਪਾਂ ਕੀਮਤ ਭਰਤੀ ਡਾਇਰੈਕਟ ਆਪਣੇ ਕੋਲ ਕੀ ਆ ਗਿਆ ਆਨਸਰ ਆ ਗਿਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਕੁਐਸਚਨ ਨੂੰ ਬੜੀ ਆਸਾਨੀ ਨਾਲ ਕਰ ਸਕਦੇ ਹਾਂ ਜੋ ਸੁਣਦੇ ਆ ਦੇਖੋ ਜਿਓਮੈਟਰੀ ਦੀ ਸਭ ਤੋਂ ਵੱਡੀ ਖਾਸੀਅਤ ਤਾਂ ਇਹ ਸੌਖੀ ਹੈ ਪਤਾ ਕਿਉਂ ਸੌਖੀ ਹੈ ਇਹਦਾ ਸਾਰਾ ਕੁਝ ਇਹਦੀ ਸਟੇਟਮੈਂਟ ਦਿੱਤਾ ਹੁੰਦਾ ਬਸ ਇਹ ਤੁਸੀਂ ਧਿਆਨ ਰੱਖਣਾ ਹੈ ਇਹਦੀ ਸਟੇਟਮੈਂਟ ਤੇ ਡਾਇਗਰਾਮ ਦੋਹਾਂ ਨੂੰ ਕਿਵੇਂ ਯੂਜ਼ ਕਰਨਾ ਹੈ ਕਿਸ ਰਿਲੇਸ਼ਨ ਇਹਨਾਂ ਦੇ ਵਿੱਚ ਹੈ ਕਿਹੜਾ ਕੋਣ ਹੈ ਰੇਖੀ ਜੋੜਾ ਹੈ ਕੋਈ ਸਿਖਰ ਸੰਮੁਖ ਕੋਣ ਹੈ ਜੋ ਵੀ ਹੈ ਉਹਦੇ ਹਿਸਾਬ ਨਾਲ ਤੁਸੀਂ ਸਿਰਫ ਇਹਨੂੰ ਦੇਖੋ ਆਪਾਂ ਕੁਝ ਨਹੀਂ ਕੀਤਾ ਮੈਂ ਸਿਰਫ ਡਾਇਗਰਾਮ 'ਚ ਨਾਮ ਦੇ ਕੇ ਉੱਥੇ ਕੀਮਤਾ ਭਰੀ ਜਾਣਾ ਹੋਰ ਮੈਂ ਕੁਝ ਨਹੀਂ ਕੀਤਾ ਆਪਣੇ ਕੋ ਨਹੀਂ ਆਪਾਂ ਕੁਝ ਵੀ ਨਹੀਂ ਲਿਖ ਰਹੇ ਸਿਰਫ ਡਾਇਗਰਾਮ ਤੇ ਜੋ ਦਿੱਤਾ ਹੋਇਆ ਉਹਨੂੰ ਵਰਤ ਕੇ ਆਪਾਂ ਕੁਝ ਹੱਲ ਕਰ ਰਹੇ ਆ ਤਾਂ ਇਹ ਸੀ ਆਪਣੀ ਪਹਿਲੀ ਇਕਾਈ ਚੈਪਟਰ 6 ਦੀ ਜਿਸ ਦੇ ਵਿੱਚ ਆਪਾਂ ਕੋਹਾਂ ਦੇ ਨਾਲ ਸੰਬੰਧਿਤ ਗੱਲ ਕੀਤੀ ਸੀ ਥੈਂਕ ਯੂ